ਤਾਂ ਉਹਦੀ ਪੜ੍ਹਾਈ ਵੇਖੀ ਜਾਂਦੀ ਹੈ, ਫਿਰ ਉਹਦੀ ਟ੍ਰੇਨਿੰਗ ਨੂੰ ਮਤਲਬ ਕਿ ਭਜਾ ਕੇ ਦੇਖਿਆ ਜਾਂਦਾ ਕਿ ਆਪਣਾ ਜੰਪਿੰਗ ਕਰ ਸਕਦਾ ਇਹ ਦੌੜ ਲਾ ਸਕਦਾ। ਉਸ ਤੋਂ ਬਾਅਦ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹ ਟ੍ਰੇਨਿੰਗ ਲੈ ਕੇ ਆਪਣਾ ਆਰਮੀ ਦੇ ਵਿੱਚ ਸਫਲ ਹੁੰਦਾ। ਜਿਸ ਬੰਦੇ ਨੇ ਟ੍ਰੇਨਿੰਗ ਹੀ ਨਹੀਂ ਲਈ ਸਿਆਸਤ ਦੀ ਤੇ ਉਹ ਤਾਂ ਹਾਸਿਆਂ ਦੇ ਵਿੱਚ ਠੱਠਿਆਂ ਦੇ ਵਿੱਚ ਲੋਕਾਂ ਨੂੰ ਹਸਾ ਸਕਦਾ, ਲੇਕਿਨ ਸਿਆਸਤ ਨਹੀਂ ਕਰ ਸਕਦਾ। ਬਿਲਕੁਲ ਸਹੀ ਗੱਲ ਹੈ ਸਰ ਤੁਹਾਡੀ ਇਹ ਕਿ ਲੋਕੀ ਸਰ ਹੁਣ ਵਾਸੀ ਪਹਿਲਾਂ ਹੀ ਕਹਿਣ ਲੱਗ ਜਾਂਦੇ ਨੇ ਲਓ ਜੀ ਹਾਸੇ ਪਾਉਣ ਵਾਲੇ ਕਮੇਡੀਅਨ ਸਾਹਿਬ ਵੀ ਨਾਲ ਆਏ ਨੇ, ਲੋਕੀ ਇਹ ਗੱਲ ਕਹਿ ਕੇ ਇਹਨਾਂ ਨੂੰ ਮਤਲਬ ਕਿ ਬੁਲਾਉਂਦੇ ਨੇ। ਕੋਈ ਗੱਲ ਪਤਾ ਕਿ ਇੱਕ ਗਾਇਕ ਨੇ ਐਂਕਰ ਰੱਖਿਆ ਹੁੰਦਾ ਕਮੈਂਟਰੀ ਕਰਨ ਵਾਸਤੇ, ਹਾਸੇ ਪਾਉਣ ਵਾਸਤੇ। ਹਾਂਜੀ ਹਾਂਜੀ, ਇਹ ਕਾਂਗਰਸ ਸਰਕਾਰ ਨੇ ਐਂਕਰ ਰੱਖਿਆ ਹੋਇਆ ਹਾਸਾ ਪਾਉਣ ਵਾਸਤੇ, ਸਿਆਸਤ ਕਰਨ ਵਾਸਤੇ ਨਹੀਂ, ਲੋਕਾਂ ਨੂੰ ਸਹੂਲਤ ਦੇਣ ਵਾਸਤੇ ਨਹੀਂ। ਬਹੁਤ ਜ਼ਿਆਦਾ ਮੈਂ ਇਸ ਗੱਲ ਤੋਂ ਮਤਲਬ ਕਿ ਪਰੇਸ਼ਾਨ ਸਮਝ ਲਓ। ਜੇਕਰ ਇਸ ਸੰਸਾਰ ਨੂੰ ਕਿਤੇ ਭੁੱਲ ਕੇ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਬਣਾ ਤਾ ਤੇ ਪੰਜਾਬ ਦੀ ਰਾਖੀ ਨਹੀਂ ਕਰ ਸਕਦਾ। ਅੱਛਾ ਜੀ, ਇਹ ਪੰਜਾਬ ਦੀ ਰਾਖੀ ਕਰਨ ਵਾਲਾ ਨਹੀਂ ਆ, ਕਿਉਂਕਿ ਜਿਹੜੇ ਬੰਦੇ ਨੇ ਹੱਸ ਕੇ ਟਾਲ ਦੇਣਾ ਹੈ, ਮਜ਼ਾਕ 'ਚ ਹਰ ਗੱਲ ਨੂੰ ਲੈ ਜਾਣਾ ਹੈ, ਜਾਂ ਭਾਸ਼ਣ ਵੀ ਦੇਣਾ ਤੇ ਐਂ ਐਂ ਕਰਕੇ ਦੇਣਾ, ਨਾਚਾਂ ਨੂੰ ਨੱਚ ਨੱਚ ਕੇ ਲੋਕਾਂ ਨੂੰ ਵਿਖਾਉਣਾ ਹੈ, ਤੇ ਉਹ ਲੋਕਾਂ ਨੂੰ ਕੀ ਗਾਈਡੈਂਸ ਦਊਗਾ, ਉਹ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਕੀ ਗਾਈਡੈਂਸ ਦਊਗਾ। ਬਿਲਕੁਲ ਸਹੀ ਗੱਲ ਹੈ ਸਰ, ਤੇ ਇਹਦਾ ਮਤਲਬ ਹੈ ਉਹ ਭਾਵੇਂ ਉਹ ਲੋਕਾਂ ਨੂੰ ਝੂਠੀਆਂ ਸਕੀਮਾਂ ਦੇ ਰਹੇ ਨੇ, ਲੇਕਿਨ ਉਹਦੇ 'ਚ ਸੰਸੀਅਰਤ ਹੈ, ਸੰਸੀਅਰਤ ਹੈ, ਕੋਈ ਸਿਆਣਪ ਦੀ ਗੱਲ ਤਾਂ ਕਰਦਾ ਹੀ ਹੋਊ। ਪਰ ਜਿਹੜਾ ਬੰਦਾ ਤੁਸੀਂ, ਮੈਂ ਇਹਨਾਂ ਨੂੰ ਕਹਿੰਦਾ ਕਿ ਮੁੱਖ ਮੰਤਰੀ ਦੇ ਕਾਬਲ ਨਵਜੋਤ ਸਿੰਘ ਸਿੱਧੂ ਕਿੱਥੋਂ ਹੋ ਸਕਦਾ, ਜਿਹੜਾ ਆਪਣੇ ਪਰਿਵਾਰ ਲਈ ਸੰਸੀਅਰ ਨਹੀਂ, ਆਪਣੀ ਘਰ ਦੀ ਨੂੰ ਸਮਝਾ ਨਹੀਂ ਸਕਦਾ ਵੀ ਜੇ ਮੈਂ ਵਿਰੋਧਤਾ ਕਰ ਰਿਹਾ ਤੇ ਤੂੰ ਵੀ ਵਿਰੋਧ ਕਰ। ਉਹ ਆਪਣੇ ਘਰ ਦੇ ਵਿੱਚ ਪੂਰੀ ਵਿਚਾਰ ਵਟਾਂਦਰਾ ਸਹੀ। ਮੈਨੂੰ ਜੀ ਇੱਕ ਗੱਲ ਮੈਂ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਸਭ ਦੱਸਣੀ ਚਾਹੁੰਦਾ, ਸਾਰੀਆਂ ਸੰਗਤਾਂ ਨੂੰ। ਲਖੀਰਪੁਰ ਕਿਸਾਨ ਮਰੇ ਨੇ, ਉੱਥੇ ਜਾ ਕੇ ਡਰਾਮਾ ਕੀਤਾ ਗਿਆ, ਧਰਨਾ ਦਿੱਤਾ ਗਿਆ, ਔਰ ਲੋਕਾਂ ਨੂੰ ਮਰਨ ਵਾਲਿਆਂ ਨੂੰ ਜਿਹੜਾ ਸੀਗਾ 50-50 ਲੱਖ ਰੁਪਈਏ ਦੀ ਮੰਗ ਕਰਨ ਵਾਲਾ ਨਵਜੋਤ ਸਿੰਘ ਸਿੱਧੂ ਆਪਣੀ ਘਰ ਦੀ ਰੈਲੀ ਦੇ ਦੁਸਹਿਰੇ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਲੋਕ ਮਰੇ ਸੀਗੇ ਇਹਨੂੰ ਪੁੱਛੋ ਕਿ ਉਹਨਾਂ ਨੂੰ 10-10 ਲੱਖ ਰੁਪਈਆ ਦਿੱਤਾ ਹੈ, ਕੀ ਉਹਨਾਂ ਨੂੰ 50-50 ਲੱਖ ਤਾਂ ਨਹੀਂ ਦੇ ਸਕਦੇ ਸੀ? ਚਲੋ ਸਰਕਾਰ ਗਰੀਬੀ ਗਰੀਬ ਸਰਕਾਰ ਹੈ, ਮੈਂ ਕਹਿ ਰਹੀ ਹੈ ਗਰੀਬ ਸਰਕਾਰ ਸੀ, ਤੇ ਉਹਨਾਂ ਨੂੰ 10-10 ਲੱਖ ਰੁਪਈਆ ਵੀ ਦਿੱਤਾ ਜੀ 50-50 ਲੱਖ ਰੁਪਏ ਦੀ ਮੰਗ। 4.5 ਸਾਲ ਦੇ ਵਿੱਚ ਕਿਸੇ ਗਰੀਬ ਦੀ ਆ ਕੇ ਉਹਨੇ ਬਾਂਹ ਫੜੀ ਹੋਵੇ, ਕਿਸੇ ਦਾ ਥਾਣੇ ਦਾ ਕੰਮ ਜਾਂ ਕਿਸੇ ਦਾ ਪੈਨਸ਼ਨ ਦਾ ਕੰਮ ਜਾਂ ਕਿਸੇ ਦਾ ਕੋਰਟ ਕਚਹਿਰੀਆਂ ਦੇ ਵਿੱਚ ਜਿਹੜੇ ਚਲੋ ਪ੍ਰਾਪਰਟੀ ਦਾ ਕੰਮ, ਕਿਸੇ ਇੱਕ ਇਨਸਾਨ ਦਾ ਕੰਮ ਨਹੀਂ ਕਰ ਸਕਿਆ, ਸਾਰਾ ਝੂਠ। ਹੁਣ ਵੀ ਝੂਠ ਦੇ ਡਰਾਮੇ ਆ ਉਹ ਇੱਥੇ ਲਈ ਫਿਰਦੇ ਨੇ ਜੀ, ਗੈਸ ਸਿਲੰਡਰ ਵੰਡੇ ਜਾਣਗੇ, ਆਹ ਫੰਡੇ ਵੰਡੇ ਜਾਣਗੇ, ਔਰ ਲੋਕਾਂ ਦਾ ਕੱਟ ਕਰਨ ਦਾ ਇੱਕ ਡਰਾਮਾ ਰਚਦੇ ਨੇ। ਆ ਮੈਂ ਪਿੱਛੇ ਜੇ ਵੇਖਿਆ ਸੀਗਾ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਕੋਈ ਆਉਂਦਾ ਨਹੀਂ ਸੀ, ਅਤੇ ਕੰਬਲ ਵੰਡਣੇ ਸ਼ੁਰੂ ਕਰ ਦਿੱਤੇ, ਅਤੇ ਗਰੀਬਾਂ ਨੂੰ ਟਰਾਲੀ ਦੇ ਉੱਤੇ ਕੰਬਲ ਵਿਖਾ ਲੈਣੇ ਆ, ਵੰਡਣੇ ਨਹੀਂ। ਅਤੇ ਜਦੋਂ ਜਾਣਾ ਆ ਨਵਜੋਤ ਸਿੰਘ ਸਿੱਧੂ ਨੇ ਭਾਸ਼ਣ ਕਰਕੇ, ਅਤੇ ਕਿਤੇ 150 ਕੰਬਲ ਵੰਡ ਕੇ ਅਤੇ ਬਾਕੀ ਟਰਾਲੀ ਭਜਾ ਕੇ ਲੈ ਜਾਣੀ, ਲੋਕ ਉਹਦੀ ਭਾਈ ਭਾ ਜਾਣੂ ਆ ਝੂਠ ਤੋਂ, ਲੋਕ ਇਹਨੂੰ ਮੂੰਹ ਨਹੀਂ ਲਾਉਣਗੇ। ਬੜੇ ਵੱਡੇ ਮਾਰਜਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕਹਿਣੀ ਦੇ ਗੇਟੀ ਜਿਹੜੇ ਗੁਰਪ੍ਰੀਤ ਸਿੰਘ ਰੰਧਾਵਾ ਜੀ ਜਿੱਤਣ। ਠੀਕ ਹੈ ਜੀ, ਵੈਰੀ ਗੁੱਡ, ਥੈਂਕ ਯੂ ਸਰ। ਅਸੀਂ ਤੁਹਾਡਾ ਬਹੁਤ ਬਹੁਤ ਸਰ ਧੰਨਵਾਦ ਕਰਦੇ ਹਾਂ ਜੀ, ਆਪਣੀ ਟੀਮ ਅਤੇ ਆਪਣੇ ਪੰਜਾਬ ਫੋਕਸ ਚੈਨਲ ਵੱਲੋਂ ਧੰਨਵਾਦ ਹੈ ਸਰ, ਥੈਂਕ ਯੂ ਸਰ। ਅਤੇ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਜਿੱਦਾਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਇਸ ਵਕਤ ਅਸੀਂ ਅੰਮ੍ਰਿਤਸਰ ਦੀ ਵਾਰਡ ਨੰਬਰ 31 ਦੇ ਵਿੱਚ ਨਿਊਜ਼ ਵਾਰ ਨਗਰ ਜਿਹੜਾ ਕਿ ਆਪਣਾ ਪੈਂਦਾ ਹੈ ਉੱਥੇ, ਅਸੀਂ ਉੱਥੋਂ ਦੇ ਕੌਂਸਲਰ ਸਰਦਾਰ ਭੁਪਿੰਦਰ ਸਿੰਘ ਜੀ ਰਾਹੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ, ਅਤੇ ਉਹਨਾਂ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਅਤੇ ਬਹੁਤ ਹੀ ਸਹੀ ਗੱਲਾਂ ਕੀਤੀਆਂ ਨੇ ਕਿ ਜਿੱਦਾਂ ਉਹਨਾਂ ਸਿੱਧੂ ਸਾਹਿਬ ਬਾਰੇ ਗੱਲ ਕਹੀ ਆ, ਗੱਲਾਂ ਕੀਤੀਆਂ ਨੇ ਉਹ ਬਿਲਕੁਲ ਸਾਰੀਆਂ ਹੀ ਸਹੀ ਗੱਲਾਂ ਨੇ। ਇਹ ਇਕੱਲੀਆਂ ਇਹ ਰਾਹੀ ਸਾਹਿਬ ਨਹੀਂ, ਇਹ ਸਾਰਾ ਹੀ ਜਿੰਨਾ ਵੀ ਹਲਕਾ ਹੈ ਇਹ ਸਾਰਾ ਹਲਕਾ ਹੀ ਇਹੀ ਗੱਲ ਕਹਿੰਦਾ ਹੈ ਕਿ 4.5 ਸਾਲ ਸਿੱਧੂ ਸਾਹਿਬ ਕਰਦੇ ਹਾਂ ਜੀ, ਆਪਣੇ ਰਾਹੀ ਸਾਹਿਬ ਦਾ ਅਤੇ ਅਕਾਲੀ ਸਰਕਾਰ ਦਾ। ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਕੈਮਰਾਮੈਨ ਮੇਜਰ ਸਿੰਘ ਦੇ ਨਾਲ ਧੰਨਵਾਦ, ਸਤਿ ਸ਼੍ਰੀ ਅਕਾਲ, ਫਿਰ ਮਿਲਾਂਗੇ।